ਬੀ ਅਸਫਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਗੁਪਤ ਸੂਚਨਾ ਮਿਲਦੀ ਹੈ ਕਿ ਸਰਹੱਦੋਂ ਪਾਰ ਇੱਕ ਡਰੋਨ ਆਇਆ ਜਿਸ ਨੂੰ ਕਿ ਹੈਰੋ ਲਪੇਟੀ ਹੋਈ ਆ ਤਾਂ ਜਦੋਂ ਖਾਲੜਾ ਦੇ ਪੈਂਦੇ ਪਿੰਡ ਡੱਲ ਦੇ ਵਿੱਚ ਰਣਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਖੇਤ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਖੇਤ ਦੇ ਵਿੱਚੋਂ DJI ਕੰਪਨੀ ਦਾ ਇੱਕ ਡਰੋਨ ਬਰਾਮਦ ਕੀਤਾ ਜਾਂਦਾ ਜਿਸ ਨੂੰ ਕਿ ਇੱਕ ਪੈਕੇਟ ਲਪੇਟਿਆ ਹੋਇਆ ਸੀ ਜਿਸ ਦੇ ਵਿੱਚੋਂ ਕਿ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਆ ਉੱਥੇ ਪੰਜਾਬ ਪੁਲਿਸ ਦੇ ਤੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਪਿਛਲੇ ਸਾਲ ਦੇ ਵਿੱਚ ਇਕੱਲੇ ਪੀਖੀਵਿੰਡ ਸਬ ਡਿਵੀਜ਼ਨ ਦੇ ਵਿੱਚ ਵਿੱਚ 35 ਡਰੋਨ ਨੇ ਬਰਾਮਦ ਕੀਤੇ ਗਏ ਨੇ ਤੇ ਉਸੇ ਦੇ ਨਾਲ 55 ਕਿਲੋ ਹੈਰੋਇਨ ਪਿਛਲੇ ਸਾਲ ਪੀਖੀਵਿੰਡ ਸਾਉ ਡਿਵੀਜ਼ਨ ਦੇ ਵਿੱਚ ਬਰਾਮਦ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਭਾਵੇਂ ਹਜ਼ਾਰਾਂ ਲੱਖਾਂ ਕੋਸ਼ਿਸ਼ਾਂ ਨਸ਼ਾ ਤਸਕਰ ਕਰਨ ਪਰ ਅਸੀਂ ਉਹਨਾਂ ਨੂੰ ਕਿਸੇ ਵੀ ਹੱਦ ਦੇ ਉੱਪਰ ਕਾਮਯਾਬ ਨਹੀਂ ਹੋਣ ਦਵਾਂਗੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਪਰ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨ ਨੇ ਜੋ ਸਰਚ ਕਰਕੇ ਜਾਂਚ ਕਰਕੇ ਉਹਨਾਂ ਦੀਆਂ ਜੋ ਕੋਸ਼ਿਸ਼ਾਂ ਕਰ ਰਹੇ ਨੇ ਨਸ਼ੇ ਦੀ ਸਪਲਾਈ ਕਰਨ ਦੀ ਉਹਨਾਂ ਕੋਸ਼ਿਸ਼ਾਂ ਨੂੰ ਫੇਲ ਕਰ ਰਹੇ ਆਂ ਪੰਜਾਬ ਪੁਲਿਸ ਤੇ ਬੀਐਸਐਫ ਦੀ ਸਾਂਝੀ ਵਲਟਾ ਨੂੰ ਅੱਜ ਇੱਕ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਰਣਜੋਤ ਸਿੰਘ ਸਨ ਆਫ ਲਖਵਿੰਦਰ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਨੇ ਇਹਨਾਂ ਦੇ ਖੇਤ ਕਣਕ ਦੇ ਵਿੱਚੋਂ ਇਨਫੋਰਮੇਸ਼ਨ ਦੇ ਉੱਤੇ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਡਰੋਨ ਬਰਾਮਦ ਹੋਇਆ ਜਿਦੇ ਨਾਲ ਇੱਕ ਪੀਲੇ ਰੰਗ ਦਾ ਲਪੇਟਿਆ ਹੋਇਆ ਪੈਕੇਟ ਸੀ ਜਦੋਂ ਖੋਲ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਹੈਰੋਨ ਰਿਕਵਰ ਹੋਈ ਜਿਹੜਾ ਕਿ ਪੈਕਿੰਗ ਮਟੀਰੀਅਲ ਦੇ ਨਾਲ 515 ਗ੍ਰਾਮ ਸੀ ਐਸ ਸੰਬੰਧੀ ਥਾਣਾ ਜਿਹੜਾ ਖਾਲਲਾ ਵਿਖੇ ਐਫ ਆਈ ਆਰ ਨੰਬਰ 5 ਅੰਡਰ ਸੈਕਸ਼ਨ 10 11 12 ਏਅਰਕ੍ਰਾਫਟ 1934 ਤੇ 21 ਸੀਐਨਡੀਪੀਆ ਸੈਕਟਰ ਦਾ ਕੇਸ ਰਜਿਸਟਰ ਕਰ ਲਿਆ। ਵੇਖੋ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਾਕਿਸਤਾਨ 'ਚ ਬੈਠੇ ਸਮਗਲਰ ਈਧਰ ਬੈਠੇ ਸਮਗਲਰ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਾਲਤਾ ਦਾ ਨਤੀਜਾ ਹੈ ਕਿ ਅਸੀਂ ਸਮਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇ ਰਹੇ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਲਾਸਟ ਸਾਲ ਬੀਤਿਆ ਉਸ ਸਾਲ ਦੌਰਾਨ BSF ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨਾਂ ਦੌਰਾਨ 35 ਦੇ ਕਰੀਬ ਡਰੋਨ ਜਿਹੜੇ ਰਿਕਵਰ ਹੋਏ ਨੇ ਤੇ 55 ਕਿਲੋ ਹੈਰਨ ਸਿਰਫ ਪਿੱਖੀਬੰਡ ਸਬਡਿਵੀਜ਼ਨ ਦੇ ਵਿੱਚ ਹੀ ਬਰਾਮਦ ਹੋਈ ਹੈ। ਤੋਂ ਲਗਾਤਾਰ ਸਾਡੀ ਜਿਹੜੀ ਅਭਿਆਨ ਹੈ ਸਮਗਲਰਾਂ ਦੇ ਖਿਲਾਫ ਤੇ ਡਰੱਗ ਪੈਡਲਰ ਦੇ ਖਿਲਾਫ ਹੋ ਜਾਰੀ ਹੈ। ਜਿੱਥੇ ਅਸੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਤੇ ਜਿਹੜੀਆਂ ਹੋਰ ਜਿਹੜੀਆਂ ਤਫ਼ਤੀਸ਼ੀ ਕਾਰਵਾਈਆਂ ਕਰ ਰਹੇ ਹਾਂ। ਉਥੇ ਨਾਲ ਦੀ ਨਾਲ ਅਸੀਂ ਜਿਹੜੀਆਂ ਬਰਾਮਦਗੀਆਂ ਕਰ ਰਹੇ ਹਾਂ। ਥੈਂਕ ਯੂ। ਬੀ ਅਸਫਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਮਿਲਦੀ ਆ ਕਿ ਸਰਹੱਦੋਂ ਪਾਰ ਇੱਕ ਡਰੋਨ ਆਇਆ ਜਿਸ ਨੂੰ ਕਿ ਹੈਰੋ ਲਪੇਟੀ ਹੋਈ ਆ ਤਾਂ ਜਦੋਂ ਖਾਲੜਾ ਦੇ ਪੈਂਦੇ ਪਿੰਡ ਡੱਲ ਦੇ ਵਿੱਚ ਰਣਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਖੇਤ ਦੀ ਜਾਂਚ ਕੀਤੀ ਜਾਂਦੀ ਆ ਤਾਂ ਉਸ ਖੇਤ ਦੇ ਵਿੱਚੋਂ ਡੀ ਜੀ ਆਈ ਕੰਪਨੀ ਦਾ ਇੱਕ ਡਰੋਨ ਬਰਾਮਦ ਕੀਤਾ ਜਾਂਦਾ ਜਿਸ ਨੂੰ ਕਿ ਇੱਕ ਪੈਕੇਟ ਲਪੇਟਿਆ ਹੋਇਆ ਸੀ ਜਿਸ ਦੇ ਵਿੱਚੋਂ ਕਿ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਆ ਉੱਥੇ ਇਹ ਪੰਜਾਬ ਪੁਲਿਸ ਦੇ ਤੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਪਿਛਲੇ ਸਾਲ ਦੇ ਵਿੱਚ ਇਕੱਲੇ ਪੀਖੀ ਵਿੰਡ ਸਾਊਥ ਡਿਵੀਜ਼ਨ ਦੇ ਵਿੱਚ ਵਿੱਚ 35 ਡਰੋਨ ਨੇ ਬਰਾਮਦ ਕੀਤੇ ਗਏ ਨੇ ਤੇ ਉਸੇ ਦੇ ਨਾਲ 55 ਕਿਲੋ ਹੈਰੋਇਨ ਪਿਛਲੇ ਸਾਲ ਭੀਖੀਵਿੰਡ ਸਬਡਿਵੀਜ਼ਨ ਦੇ ਵਿੱਚ ਬਰਾਮਦ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਕਿ ਭਾਵੇਂ ਹਜ਼ਾਰਾਂ ਲੱਖਾਂ ਕੋਸ਼ਿਸ਼ਾਂ ਨਸ਼ਾ ਤਸਕਰ ਕਰਨ ਪਰ ਅਸੀਂ ਉਹਨਾਂ ਨੂੰ ਕਿਸੇ ਵੀ ਹੱਦ ਦੇ ਉੱਪਰ ਕਾਮਯਾਬ ਨਹੀਂ ਹੋਣ ਦਵਾਂਗੇ। ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਪਰ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨ ਨੇ ਜੋ ਸਰਚ ਕਰਕੇ ਜਾਂਚ ਕਰਕੇ ਉਹਨਾਂ ਦੀਆਂ ਜੋ ਕੋਸ਼ਿਸ਼ਾਂ ਕਰ ਰਹੇ ਨੇ ਨਸ਼ੇ ਦੀ ਸਪਲਾਈ ਕਰਨ ਦੀ ਉਹਨਾਂ ਕੋਸ਼ਿਸ਼ਾਂ ਨੂੰ ਫੇਲ ਕਰ ਰਹੇ ਆ। ਪੰਜਾਬ ਪੁਲਿਸ ਤੇ ਬੀਐਸਐਫ ਦੀ ਸਾਂਝੀ ਵਲਟਾ ਨੂੰ ਅੱਜ ਇੱਕ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਰਣਜੋਤ ਸਿੰਘ ਸਨ ਆਫ ਲਖਵਿੰਦਰ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਨੇ ਇਹਨਾਂ ਦੇ ਖੇਤ ਕਣਕ ਦੇ ਵਿੱਚੋਂ ਇਨਫੋਰਮੇਸ਼ਨ ਦੇ ਉੱਤੇ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਡਰੋਨ ਬਰਾਮਦ ਹੋਇਆ ਜਿਦੇ ਨਾਲ ਇੱਕ ਪੀਲੇ ਰੰਗ ਦਾ ਲਪੇਟਿਆ ਹੋਇਆ ਪੈਕੇਟ ਸੀ ਜਦੋਂ ਖੋਲ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਹੈਰੋਨ ਰਿਕਵਰ ਹੋਈ ਜਿਹੜਾ ਕਿ ਪੈਕਿੰਗ ਮਟੀਰੀਅਲ ਦੇ ਨਾਲ 515 ਗ੍ਰਾਮ ਸੀ ਇਸ ਸਬੰਧੀ ਥਾਣਾ ਜਿਹੜਾ ਖਾਲਲਾ ਵਿਖੇ ਐਫ ਆਈ ਆਰ ਨੰਬਰ 5 ਅੰਡਰ ਸੈਕਸ਼ਨ 10 11 12 에어ਕ੍ਰਾਫਟ ਐਕਟ 1934 ਤੇ 21 ਸੀ ਐਨ ਡੀ ਪੀ ਐ ਸੈਕਟਰ ਦਾ ਕੇਸ ਰਜਿਸਟਰ ਕਰ ਲਿਆ। ਵੇਖੋ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਾਕਿਸਤਾਨ 'ਚ ਬੈਠੇ ਸਮਗਲਰ ਇੱਧਰ ਬੈਠੇ ਸਮਗਲਰ ਬੀ ਐਸ ਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਲਤਾਂ ਦਾ ਨਤੀਜਾ ਹੈ ਕਿ ਅਸੀਂ ਸਮਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇ ਰਹੇ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਲਾਸਟ ਸਾਲ ਬੀਤਿਆ ਉਸ ਸਾਲ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨਾਂ ਦੌਰਾਨ 35 ਦੇ ਕਰੀਬ ਡਰੋਨ ਜਿਹੜੇ ਰਿਕਵਰ ਹੋਏ ਨੇ ਤੇ 55 ਕਿਲੋ ਹੈਰੋਨ ਸਿਰਫ ਪਿੱਖੀਪਿੰਡ ਸਬਡਿਵੀਜ਼ਨ ਦੇ ਵਿੱਚ ਹੀ ਬਰਾਮਦ ਹੋਈ ਹੈ। ਤੋਂ ਲਗਾਤਾਰ ਸਾਡੀ ਜਿਹੜੀ ਅਭਿਆਨ ਹੈ ਸਮਗਲਰਾਂ ਦੇ ਖਿਲਾਫ ਤੇ ਡਰੱਗ ਪੈਡਲਰ ਦੇ ਖਿਲਾਫ ਉਹ ਜਾਰੀ ਹੈ। ਜਿੱਥੇ ਅਸੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਤੇ ਜਿਹੜੀਆਂ ਹੋਰ ਜਿਹੜੀਆਂ ਤਬਤੀਸ਼ੀ ਕਾਰਵਾਈਆਂ ਕਰ ਰਹੇ ਆ ਉਥੇ ਨਾਲ ਦੀ ਨਾਲ ਅਸੀਂ ਜਿਹੜੀਆਂ ਬਰਾਮਦਗੀਆਂ ਕਰ ਰਹੇ ਥੈਂਕ ਯੂ